सतिकाल दोस्तों, मैं थोड़ा अपना भगवंत मान। दोस्तों, पंजाब सरकार ने विधानसभा दे विच तीन बिल लियांदे ते कांग्रेस लड्डू बन रही है ते कैप्टन साहब कह रहे ने मैं बहुत वड्डा काम करता, पर जिवें मोदी सरकार करती है ना कि जदों भी उन्होंने कोई कंट्रोवर्शियल बिल पास करना होवे तां विरोधी पार्टियां नूं बिल नहीं दिंदे पढ़न वास्ते, जब अद्धा घंटा 15 मिनट पहला दिंदे ताकि उहदे ते कोई डिबेट वधिया ना हो सके, बस पास कर लो। बिल्कुल उस तरह होया, साडे जिहड़े MLA ओह मंगदे रहे पूरा दिन दिल विधानसभा च कि सानूं बिल तां दिखा दो। ਉਹ ਕਹਿੰਦੇ ਡਿਬੇਟ ਕੱਲ ਨੂੰ, ਅਸੀਂ ਕੱਲ ਨੂੰ ਡਿਬੇਟ ਕਰਨਾਂਗੇ ਪਰ ਬਿੱਲ ਤਾਂ ਦਿਓ। ਸਾਰੀ ਰਾਤ ਉਹਨਾਂ ਨੇ ਧਰਨਾ ਦਿੱਤਾ ਉੱਥੇ ਪਰ ਬਿੱਲ ਨਹੀਂ ਦਿੱਤਾ, ਕਿਉਂਕਿ ਕੈਪਟਨ ਸਾਹਿਬ ਨੂੰ ਪਤਾ ਸੀ ਕਿ ਇਸ ਬਿੱਲ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘੁੰਡੀਆਂ ਨੇ ਜਿਹੜੀਆਂ ਮੈਂ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਿਹਾ, ਕਿਸਾਨਾਂ ਨੂੰ ਮੈਂ ਬੇਵਕੂਫ ਬਣਾਉਣ ਦਾ ਕੰਮ ਕਰ ਰਿਹਾ ਇਸ ਬਿੱਲ ਦੇ ਵਿੱਚ। ਵੀਰੋ, ਇਹ ਪੰਜਾਬ ਐਕਟ ਨਹੀਂ ਹੈਗਾ, ਇਹ ਜਿਹੜੇ ਕੈਪਟਨ ਸਾਹਿਬ ਦੇ ਤਿੰਨ ਬਿੱਲ ਪਾਸ ਕੀਤੇ ਨੇ ਉਹ ਮੋਦੀ ਸਾਹਿਬ ਦੇ ਤਿੰਨੇ ਬਿੱਲਾਂ ਦਾ ਸੇਮ ਨਾਮ ਰੱਖ ਕੇ ਬ੍ਰੈਕਟ ਦੇ ਵਿੱਚ ਪੰਜਾਬ ਅਮੈਂਡਮੈਂਟ ਲਿਖਤਾ। ਪੰਜਾਬ ਸਰਕਾਰ ਬਿੱਲ ਬਣਾਉਂਦੀ ਤਾਂ ਪੰਜਾਬ ਸਰਕਾਰ ਪੰਜਾਬ 'ਚ ਲਾਗੂ ਕਰ ਸਕਦੀ ਹੈ, ਅਮੈਂਡਮੈਂਟ ਫਿਰ ਸੈਂਟਰ ਕੋਲ ਜਾਊਗਾ। ਪਹਿਲੀ ਸੈਂਟਰ ਨਾਲ ਲੜੀ ਜਾਂਦੇ ਹਾਂ, ਉਹਨਾਂ ਨੇ ਤਾਂ ਬਿੱਲ ਬਣਾਏ ਨੇ। ਸੋ ਇੱਕ ਤਾਂ ਇਹ ਅੱਖਾਂ 'ਚ ਘੱਟਾ ਪਾਇਆ, ਦੂਜਾ ਕਹਿੰਦੇ MSP ਜਿਹੜੀ ਹੈ ਉਹ ਤੋਂ ਜਿਹੜਾ ਉਹ ਤੋਂ ਥੱਲੇ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਵਧੀਆ ਗੱਲ ਹੈ, ਕਿਸੇ ਨੂੰ ਕੋਈ ਬਲੈਕਮੇਲ ਨਾ ਕਰੇ, ਦਬਾਅ ਨਾ ਪਾਏ ਕਿਸਾਨ 'ਤੇ। ਪਰ ਪੰਜਾਬ ਸਰਕਾਰ ਨੂੰ ਬਿੱਲ ਲਿਆਉਣਾ ਚਾਹੀਦਾ ਕਿ MSP ਅਸੀਂ ਦੇਵਾਂਗੇ। ਜੇ ਸੈਂਟਰ ਕੱਲ੍ਹ ਨੂੰ ਮੁੱਕਰ ਜਾਂਦਾ ਕੋਈ ਵੀ ਫਸਲ ਖਰੀਦਣ ਤੋਂ, ਪ੍ਰਾਈਵੇਟ ਪਲੇਅਰ ਵੀ ਨਹੀਂ ਆਉਂਦੇ, ਫਿਰ ਕਿਸਾਨ ਕਿੱਥੇ ਵੇਚੂਗਾ ਜੀ? MSP ਦੇ ਨਾਲ ਸਾਨੂੰ ਖਰੀਦ ਦੀ ਗਰੰਟੀ ਵੀ ਦਿਓ ਕਿ ਹਾਂ ਵਿਕੂਗੀ, ਭਾਵੇਂ ਜੋ ਮਰਜ਼ੀ ਹਾਲਾਤ ਹੋ ਜਾਣ। 1 ਲੱਖ ਕਰੋੜ ਦੀਆਂ ਅਸੀਂ ਦਾਲਾਂ ਮੰਗਾਉਂਦੇ ਹਾਂ ਬਾਹਰੋਂ, ਅਸੀਂ ਦਾਲਾਂ ਦੀ ਇੱਥੇ MSP ਦਿਓ। ਸਾਡੀ ਤਾਂ ਜ਼ਮੀਨ ਇੰਨੀ ਧਰਤੀ ਉਪਜਾਊ ਹੈ ਕੈਪਟਨ ਸਾਹਿਬ ਕਿ ਜੋ ਮਰਜ਼ੀ ਬੀਜ ਦਈਏ, ਹੈ ਸੂਰਜਮੁਖੀ, ਬਾਜਰਾ, ਮੱਕੀ। ਸੋ ਉਹਨਾਂ ਦੀ MSP ਦਿਓ, ਉਹਨਾਂ ਦਾ ਮੰਡੀਕਰਨ ਦਿਓ, ਠੀਕ ਹੈ ਨਾ ਉਹਦੇ ਨਾਲ। ਅੱਛਾ, ਬਾਕੀ ਰਹੀ ਗੱਲ ਕਿ ਸਰਕਾਰ ਕੋਲ ਪੈਸੇ ਨਹੀਂ, ਆਹ ਜਿਹੜੇ ਮਾਫੀਏ ਚੱਲਦੇ ਨੇ, ਰੇਤ ਮਾਫੀਆ, ਕੇਬਲ ਮਾਫੀਆ, ਆਹ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਜੇ ਕਿਤੇ ਉਹ ਜਿਹੜਾ ਮਾਫੀਆ ਨੇ ਨਾ ਉਹਨਾਂ ਦਾ ਜਿਹੜਾ ਉਹਨਾਂ 'ਤੇ ਕੰਟਰੋਲ ਕਰਕੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਆ ਜਾਵੇ ਤਾਂ ਪੰਜਾਬ ਕੋਲ ਕਿਸੇ ਗੱਲ ਦੀ ਕਮੀ ਨਹੀਂ ਹੈਗੀ। ਕੈਪਟਨ ਸਾਹਿਬ, ਕਿਸਾਨਾਂ ਨੂੰ ਬੇਵਕੂਫ ਨਾ ਬਣਾਓ। ਸੋ ਆਮ ਆਦਮੀ ਪਾਰਟੀ ਪਹਿਲਾਂ ਵੀ ਕਿਸਾਨਾਂ ਨਾਲ ਖੜੀ ਸੀ, ਹੁਣ ਵੀ ਖੜੂਗੀ, ਪਰ ਤੁਸੀਂ ਕਿਸਾਨਾਂ ਨੂੰ ਇਸ ਤਰ੍ਹਾਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਵਾਅਦੇ ਕਰਕੇ ਨਾ ਇੱਦਾਂ ਮੁੱਕਰ ਜਾਂਦੇ ਹੁੰਦੇ ਹੋ, ਇਹ ਵੀ ਤੁਹਾਡੇ ਉਹਨਾਂ ਮੁੱਕਰਨ ਵਾਲੇ ਵਾਅਦਿਆਂ 'ਚੋਂ ਇੱਕ ਹੋਰ ਵਾਅਦਾ ਹੈ। ਤੁਸੀਂ ਸਿਰਫ ਆਪਣਾ ਬਚਾਅ ਕਰਕੇ ਕਹਿੰਦੇ ਮੈਂ ਤਾਂ ਆਪਣੇ ਵੱਲੋਂ ਕਰਤਾ, ਹੁਣ ਸੈਂਟਰ 'ਤੇ ਸੈਂਟਰ ਦੇ ਪਾਲੇ 'ਚ ਗੇਂਦ ਹੈ। ਸੈਂਟਰ ਦੇ ਪਾਲੇ 'ਚ ਤਾਂ ਪਹਿਲੀ ਗੇਂਦ ਸੀ, ਆਪਾਂ ਲਾਗੂ ਕਰੋ। ਪੰਜਾਬ ਦੇ ਐਕਟ ਨਹੀਂ ਹੈਗੇ, ਇਹ ਪੰਜਾਬ ਵੱਲੋਂ ਅਮੈਂਡਮੈਂਟਸ ਨੇ ਜਿਹਨਾਂ ਨੂੰ ਸੈਂਟਰ ਨੇ ਨਹੀਂ ਮੰਨਣਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਇਸ ਲੜਾਈ ਨੂੰ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।